ਵੀਰ ਅਕਸਰ ਪੁੱਛਦੇ ਕਿ ਸਕੇਲ ਕੀ ਹੁੰਦੀ ਹੈ, ਸੋ ਤੁਸੀਂ ਸਕੇਲ ਵੀ ਦੇਖ ਸਕਦੇ ਹੋ ਜਦੋਂ ਕਿ ਗੋਲਡਨ ਵਾਲੀ ਸਕੇਲ ਅਸੀਂ ਇਹਨੂੰ ਕਹਿੰਦੇ ਹਾਂ। ਸੋ ਤੁਸੀਂ ਦੇਖ ਸਕਦੇ ਹੋ ਉੱਪਰ ਬੋਰਡ ਲੱਗਿਆ, ਮੀਡੀਅਮ ਸਕੇਲ ਓਪਨ ਹੈਗੀ ਹੈ, ਖੁੱਲ੍ਹੀ ਹੈ। ਆਪਾਂ ਸਕੇਲ ਦੇ ਉੱਪਰੋਂ ਨਿਕਲਣਾ, ਜਸਟ ਇੰਸਟਰਕਸ਼ਨਸ ਫੋਲੋ ਕਰਨੀਆਂ ਹੁੰਦੀਆਂ ਨੇ। ਅਗਰ ਕੋਈ ਕਮੀ ਪੇਸ਼ੀ ਗੱਡੀ ਵਿੱਚ ਦੇਖਦੇ ਨੇ ਤਾਂ ਤੁਹਾਨੂੰ ਲਾਈਟ ਦਿੰਦੇ ਨੇ ਕਿ ਸਾਈਡਸ ਲਗਾ ਕੇ ਗੱਡੀ ਦੇ ਅੰਦਰ ਪੇਪਰ ਵਗੈਰਾ ਲੈ ਕੇ ਸਾਰੇ ਆ ਜਾਓ। ਅਦਰਵਾਈਜ਼ ਅਗਰ ਗੱਡੀ ਸਭ ਕੁਛ ਠੀਕ ਹੈ ਦੈਨ ਓਕੇ ਹੈ, ਅਤੇ ਫਿਰ ਉਹ ਤੁਹਾਨੂੰ ਜਾਣ ਸਕਦੇ। ਗੱਡੀ ਦਾ ਵੇਟ ਜਿਹੜਾ ਉਹ ਐਕਸਲ ਬਾਈ ਐਕਸਲ ਬਿਲਕੁਲ ਸਹੀ ਹੋਣਾ ਚਾਹੀਦਾ, ਜਿਹੜੀ ਕਿ ਸਭ ਤੋਂ ਮੇਜਰ ਚੀਜ਼ ਉਹ ਦੇਖਦੇ ਆ। ਪਲੱਸ ਕਾਫੀ ਕੈਮਰੇ ਲੱਗੇ ਹੁੰਦੇ ਆ ਨੀਚੇ ਜਿਹਦੇ 'ਚ ਸਾਰਾ ਕੁਛ ਦਿਖਦਾ ਉਹਨਾਂ ਨੂੰ। ਸੋ ਗੱਡੀ ਦੀ ਕੰਡੀਸ਼ਨ ਨੀਚੋਂ ਅੱਗੋਂ ਪਿੱਛੋਂ ਸਾਰੀ ਦੇਖ ਲੈਂਦੇ ਆ। ਅਗਰ ਉਹਨਾਂ ਨੂੰ ਕੁਛ ਵੀ ਸਸਪੀਸ਼ੀਅਸ ਲੱਗਦਾ ਤਾਂ ਰੋਕ ਕੇ ਅਤੇ ਫਿਰ ਤੁਹਾਨੂੰ ਚੈੱਕ ਕਰਦੇ ਹਾਂ, ਪ੍ਰੋਪਰ ਕਾਗਜ਼ ਪੱਤਰ ਚੈੱਕ ਕਰਦੇ ਹਾਂ। ਲੋਡ ਦਾ ਵੇਟ ਜਿਹੜਾ ਉਹ ਪਹਿਲਾਂ ਉਹਨਾਂ ਕੋਲ ਆ ਚੁੱਕਿਆ ਹੁੰਦਾ, ਗੱਡੀ ਦੀ ਕੰਡੀਸ਼ਨ ਦੇਖਦੇ ਆ। ਸੋ ਜਦੋਂ ਵੀ ਓਪਨ ਦਾ ਸਾਈਨ ਹੋਵੇ ਤਾਂ ਤੁਸੀਂ ਚਲੇ ਜਾਣਾ, ਔਰ ਜਿਹੜੀ ਸਾਹਮਣੇ ਬੋਰਡ ਤੁਹਾਨੂੰ ਨਜ਼ਰ ਆਏਗਾ ਉਹਦੀਆਂ ਜੋ ਇੰਸਟਰਕਸ਼ਨਸ ਨੇ ਉਹ ਫੋਲੋ ਕਰਨੀਆਂ, ਬਿਲਕੁਲ ਸਲੋ ਚੱਲਣਾ। ਜਦੋਂ ਆਪਾਂ ਸਕੇਲ ਪਹੁੰਚਣਾ ਹੈ ਤਾਂ ਉਸ ਟਾਈਮ 10 ਕਿਲੋਮੀਟਰ ਪਰ ਆਵਰ ਦੀ ਸਪੀਡ ਇੱਥੇ ਦੀ ਹੈਗੀ ਹੈ। ਹਰ ਸਕੇਲ ਦੀ ਵੱਖਰੀ ਵੱਖਰੀ ਸਪੀਡ ਹੁੰਦੀ ਹੈ, ਸੋ ਹਮੇਸ਼ਾ ਧਿਆਨ ਚੱਕ। ਅੱਜ ਕੱਲ੍ਹ ਕਈ ਕੰਪਨੀਆਂ ਨੇ ਪ੍ਰੀ ਪਾਸ ਲਏ ਹੁੰਦੇ, ਉਹਦੇ ਕਰਕੇ ਮੋਸਟਲੀ ਜਿਹੜੇ ਟਰੱਕ ਨੇ ਉਹਨਾਂ ਨੂੰ ਸਕੇਲ ਦੇ ਅੰਦਰ ਜਾਣ ਦੀ ਲੋੜ ਨਹੀਂ ਪੈਂਦੀ। ਬਟ ਇਹ ਜਿਹੜਾ ਡਿਵਾਈਸ ਲੱਗਿਆ ਹੁੰਦਾ ਜਿਹੜਾ ਤੁਸੀਂ ਜਿਹਦੇ ਉੱਪਰ ਪ੍ਰੀ ਪਾਸ ਲਿਖਿਆ, ਇਹ ਤੁਹਾਨੂੰ ਅੰਦਰ ਟਰੱਕ ਦੇ ਕੈਬਿਨ ਦੇ ਵਿੱਚ ਹੀ ਤੁਹਾਨੂੰ ਸਿਗਨਲ ਦਿੰਦਾ ਕਿ ਤੁਸੀਂ ਅੰਦਰ ਸਕੇਲ ਦੇ ਅੰਦਰ ਜਾਣਾ ਕਿ ਨਹੀਂ। ਅਗਰ ਗ੍ਰੀਨ ਸਿਗਨਲ ਆ ਗਿਆ ਤਾਂ ਤੁਸੀਂ ਸਕੇਲ ਅਗਰ ਖੁੱਲ੍ਹੀ ਵੀ ਹੈ ਤਾਂ ਤੁਸੀਂ ਸਕਿਪ ਕਰਕੇ ਸਿੱਧੇ ਨਿਕਲ ਸਕਦੇ ਹੋ। ਬਟ ਅਗਰ ਤੁਹਾਨੂੰ ਰੈੱਡ ਸਿਗਨਲ ਆਇਆ ਤਾਂ ਤੁਸੀਂ ਅਗਰ ਸਕੇਲ ਖੁੱਲ੍ਹੀ ਹੈ ਤੁਸੀਂ ਅੰਦਰ ਜਾਣਾ ਹੀ ਜਾਣਾ। ਸੋ ਕਾਫੀ ਕੰਪਨੀਆਂ ਨੇ ਜਿਨ੍ਹਾਂ ਨੇ ਅੱਜ ਕੱਲ੍ਹ ਇਹ ਸਿਸਟਮ ਲਗਵਾਇਆ ਹੋਇਆ, ਉਹਦੇ ਨਾਲ ਟਾਈਮ ਦੀ ਕਾਫੀ ਬੱਚਤ ਹੁੰਦੀ ਹੈ। ਜਦੋਂ ਤੁਸੀਂ ਇਹਦੇ ਉੱਪਰ ਨੀਚੋਂ ਨਿਕਲਦੇ ਹੋ ਜੋ ਤੁਸੀਂ ਦੇਖ ਰਹੇ ਹੋ, ਤਾਂ ਇਹ ਅੰਦਰ ਸਿਗਨਲ ਸੈਂਡ ਕਰਦਾ, ਔਰ ਜਦੋਂ ਤੱਕ ਤੁਸੀਂ ਨੈਕਸਟ ਟਾਈਮ ਦੁਬਾਰਾ ਇਹਦੇ ਇੱਕ ਪੋਲ ਪੋਸਟ ਹੋਰ ਹੁੰਦਾ ਇਹੋ ਜਿਹਾ, ਉਹਦੀ ਜਦ ਤੱਕ ਨੀਚੋਂ ਨਿਕਲਦੇ ਤਾਂ ਤੱਕ ਤੁਹਾਨੂੰ ਆਲਰੇਡੀ ਸਿਗਨਲ ਆ ਜਾਂਦਾ। ਸੋ ਤੁਸੀਂ ਡਿਸਾਈਡ ਕਰ ਲੈਂਦੇ ਹੋ ਕਿ ਮੈਂ ਅੰਦਰ ਜਾਣਾ ਕਿ ਨਹੀਂ, ਜਿੱਦਾਂ ਇਹ ਲਿਖਿਆ ਕਿ ਪ੍ਰੀ ਪਾਸ ਸਾਈਟ ਫੋਲੋ ਇਨ ਕੇਬ ਸਿਗਨਲਸ। ਅਤੇ ਬਾਕੀ ਕਈ ਜਗ੍ਹਾ ਐਸਾ ਬੋਰਡ ਲੱਗਿਆ ਹੁੰਦਾ ਟਰੱਕ ਓਕੇ ਟੂ ਬਾਈਪਾਸ, ਅਤੇ ਫਿਰ ਅੰਦਰ ਜਾਣ ਦੀ ਲੋੜ ਨਹੀਂ ਹੈ ਕਿਉਂਕਿ ਕਈ ਵਾਰ ਸਕੇਲ ਫੁੱਲ ਹੋ ਜਾਂਦੀ ਹੈ, ਸਕੇਲ ਫੁੱਲ ਹੋਣ ਤੋਂ ਬਾਅਦ ਉੱਥੇ ਜਗ੍ਹਾ ਨਹੀਂ ਹੁੰਦੀ, ਹਾਲਾਂਕਿ ਓਪਨ ਹੁੰਦੀ ਹੈ, ਸੋ ਬਾਈਪਾਸ ਦਾ ਸਿਗਨਲ ਦੇ ਦਿੰਦੇ ਹੈ ਕਿ ਜਿਹੜੀ ਬਾਕੀ ਟ੍ਰੈਫਿਕ ਹੈ ਉਹ ਜਿਹੜਾ ਵਿੱਚ ਜਾ ਰਿਹਾ ਉਹ ਜਾਂਦਾ ਰਹੇ, ਜਿਹੜਾ ਜਦੋਂ ਬਾਈਪਾਸ ਦਾ ਸਿਗਨਲ ਆ ਗਿਆ ਫਿਰ ਤੁਸੀਂ ਆਪਣਾ
ਜੋ ਡਰਾਈਵਿੰਗ ਹੈ ਉਹ ਕੰਟੀਨਿਊ ਕਰ ਸਕਦੇ ਹੋ। ਬਟ ਮੋਸਟਲੀ ਆਪਾਂ ਇਹ ਸਿਗਨਲ ਫੋਲੋ ਕਰਦੇ ਹਾਂ ਕਿ ਅਗਰ ਸਕਿੱਲ ਖੁੱਲ੍ਹੀ ਹੈ ਆਪਾਂ ਅੰਦਰ ਜਾਣਾ, ਹੌਲੀ ਹੌਲੀ ਜੋ ਹੈ ਫੋਲੋ ਕਰਨਾ ਸਿਸਟਮ ਨੂੰ, ਔਰ ਯੈਲੋ ਲਾਈਨ 'ਤੇ ਆਪਾਂ ਹੌਲੀ, ਜਦੋਂ ਰੈੱਡ ਯੈਲੋ ਲਾਈਨ ਹੋਏ ਤਾਂ ਚੱਲਦੇ ਰਹਿੰਦੇ ਹਾਂ ਹੌਲੀ ਹੌਲੀ, ਔਰ ਜਦੋਂ ਸਾਨੂੰ ਰੈੱਡ ਲਾਈਟ ਦਿੰਦੇ ਆ ਫਿਰ ਅਸੀਂ ਰੁਕਣਾ, ਔਰ ਰੁਕ ਕੇ ਅੰਦਰ ਪੇਪਰ ਜਿਹੜੇ ਨੇ ਉਹ ਅੰਦਰ ਲਿਜਾਣੇ ਆ ਸਾਰੇ, ਜਿਹੜੇ ਪੇਪਰ ਤੋਂ ਮੈਂ ਪਹਿਲਾਂ ਲਿਖ ਕੇ ਦੱਸਿਆ ਕੀ ਹੈ। ਔਰ ਮੋਸਟਲੀ ਐਸ ਆਈ ਬੋਰਡ ਹੁੰਦਾ ਔਰ ਉਹੀ ਜਿਹੜੇ ਨੇ ਸਿਗਨਲ ਫੋਲੋ ਕਰਨੇ ਹੁੰਦੇ ਆ। ਅਤੇ ਆ ਸੀਗਾ ਜੀ ਸਕੇਲ ਦੇ ਬਾਰੇ ਵੀਡੀਓ, ਸਕੇਲ ਆਪਾਂ ਕਿੱਦਾਂ ਕ੍ਰੋਸ ਕਰਦੇ ਹਾਂ, ਕਿਹੜੀ